ਨੂੰ ਨਾ ਕਮੈਂਟਾਂ ਦੇ ਵਿੱਚ ਕਈ ਲੋਕੇ ਵੀ ਕਹਿੰਦੇ ਨੇ ਕਿ ਨੀਟੂ ਸ਼ਟਰਾਂ ਵਾਲਾ 2 ਆ ਇਹ ਕੱਪ ਮਾਰਦਾ ਬੇੜੇ ਉਹ ਆਪਾਂ ਲੋਕਾਂ ਦਾ ਮੂੰਹ ਨਹੀਂ ਫੜ ਸਕਦੇ ਉਹ ਸਾਰੀ ਜ਼ਿੰਦਗੀ ਨਹੀਂ ਮੈਂ ਫੜ ਸਕਦਾ ਉਹ ਕਹਿੰਦੇ ਸਾਡੇ ਗੁਰੂਆਂ ਨੇ ਹੀ ਬਖਸ਼ਿਆ ਜਿਹੜੇ ਸਾਡੇ ਗੁਰੂ ਆ ਉਹਨਾਂ ਨੂੰ ਵੀ ਬਖਸ਼ਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਬਚਾਇਆ ਗੁਰਨਾਨਕ ਦੇਵ ਨੂੰ ਵੀ ਬਖਸ਼ਿਆ ਤੇ ਮੈਂ ਕੀ ਆ ਮੈਂ ਤਾਂ ਇੱਕ ਮੂਲੀ ਜਿਹਾ ਮੂਮਾਨ ਬੰਦਾ ਛੋੜਾ ਜਿਹਾ ਉਹਨਾਂ ਦਾ ਸੇਵਕ ਆ ਜਿਹੜਾ ਇਹਨਾਂ ਨਾਂ ਕਰਾ ਚੁੱਕਾ ਵਾਂ ਤੇ ਪ੍ਰਮਾਤਮਾ ਨੇ ਨਾਂ ਦੇਣਾ ਲੋਕਾਂ ਨੇ ਸੜਦੇ ਰਹਿਣਾ ਤੇ ਸੜਦੇ ਰਹਿਣਾ ਵਾ ਨੂੰ ਨਾ ਕਮੈਂਟਾਂ ਦੇ ਵਿੱਚ ਕਈ ਲੋਕੇ ਵੀ ਕਹਿੰਦੇ ਨੇ ਕਿ ਨੀਟੂ ਛਟਰਾ ਵਾਲਾ ਟੂ ਆ ਇਹ ਕੱਪ ਮਾਰਦਾ ਬੇੜੇ ਉਹ ਆਪਾਂ ਲੋਕਾਂ ਦਾ ਮੂੰਹ ਨਹੀਂ ਫੜ ਸਕਦੇ ਉਹ ਸਾਰੀ ਜ਼ਿੰਦਗੀ ਨਹੀਂ ਮੈਂ ਫੜ ਸਕਦਾ ਉਹ ਕਹਿੰਦੇ ਸਾਡੇ ਗੁਰੂਆਂ ਨੇ ਵੀ ਬਖਸ਼ਿਆ ਜੀ ਸਾਡੇ ਗੁਰੂ ਆ ਉਹਨਾਂ ਨੂੰ ਵੀ ਬਖਸ਼ਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਬਚਾਇਆ ਗੁਰਨਾਨਕ ਦੇਵ ਨੂੰ ਵੀ ਬਖਸ਼ਿਆ ਤੇ ਮੈਂ ਕੀ ਆ ਮੈਂ ਤਾਂ ਇੱਕ ਮੂਲੀ ਜਿਹਾ ਮੂਮਾਨ ਬੰਦਾ ਛੋੜਾ ਜਿਹਾ ਉਹਨਾਂ ਦਾ ਸੇਵਕ ਆ ਜਿਹੜਾ ਇਹਨਾਂ ਨਾਂ ਕਰਾ ਚੁੱਕਾ ਵਾਂ ਤੇ ਪ੍ਰਮਾਤਮਾ ਨੇ ਨਾਂ ਦੇਣਾ ਲੋਕਾਂ ਨੇ ਸੜਦੇ ਰਹਿਣਾ ਤੇ ਸੜਦੇ ਰਹਿਣਾ ਵਾ ਨੂੰ ਨਾ ਕਮੈਂਟਾਂ ਦੇ ਵਿੱਚ ਕਈ ਲੋਕੇ ਵੀ ਕਹਿੰਦੇ ਨੇ ਕਿ ਨੀਟੂ ਸ਼ਟਰਾਂ ਵਾਲਾ ਟੂ ਆ ਇਹ ਕੱਪ ਮਾਰਦਾ ਬੇੜੇ ਉਹ ਆਪਾਂ ਲੋਕਾਂ ਦਾ ਮੂੰਹ ਨਹੀਂ ਫੜ ਸਕਦੇ ਉਹ ਸਾਰੀ ਜ਼ਿੰਦਗੀ ਨਹੀਂ ਮੈਂ ਫੜ ਸਕਦਾ ਉਹ ਕਹਿੰਦੇ ਸਾਡੇ ਗੁਰੂਆਂ ਨੇ ਵੀ ਬਖਸ਼ਿਆ ਜਿਹੜੇ ਸਾਡੇ ਗੁਰੂ ਆ ਉਹਨਾਂ ਨੂੰ ਵੀ ਬਖਸ਼ਿਆ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਚਾਇਆ ਗੁਰਨਾਨਕ ਦੇਵ ਨੇ ਉਹਨੂੰ ਵੀ ਬਖਸ਼ਿਆ ਤੇ ਮੈਂ ਕੀ ਆ ਮੈਂ ਤਾਂ ਇੱਕ ਮੂਲੀ ਜਿਹਾ ਮੂਮਾਨ ਬੰਦਾ ਛੋੜਾ ਜਿਹਾ ਉਹਨਾਂ ਦਾ ਸੇਵਕ ਆ ਜਿਹੜਾ ਇਹਨਾਂ ਨਾਂ ਕਰਾ ਚੁੱਕਾ ਵਾਂ ਤੇ ਪ੍ਰਮਾਤਮਾ ਨੇ ਨਾਂ ਦੇਣਾ ਲੋਕਾਂ ਨੇ ਸੜਦੇ ਰਹਿਣਾ ਤੇ ਸੜਦੇ ਰਹਿਣਾ ਵਾਂ ਨੂੰ ਨਾ ਕਮੈਂਟਾਂ ਦੇ ਵਿੱਚ ਕਈ ਲੋਕੇ ਵੀ ਇਹ ਕਹਿੰਦੇ ਨੇ ਕਿ ਨੀਟੂ ਛਟਰਾ ਵਾਲਾ ਟੂ ਆ ਇਹ ਗੱਪ ਮਾਰਦਾ ਵਿੜੇ ਉਹ ਆਪਾਂ ਲੋਕਾਂ ਦਾ ਮੂੰਹ ਨਹੀਂ ਫੜ ਸਕਦੇ ਉਹ ساری ਜ਼ਿੰਦਗੀ ਨਹੀਂ ਫੜ ਸਕਦਾ ਉਹ ਕਹਿੰਦੇ ਸਾਡੇ ਗੁਰੂਆਂ ਨੇ ਵੀ ਬਖਸ਼ਿਆ ਜਿਹੜੇ ਸਾਡੇ ਗੁਰੂ ਆ ਉਹਨਾਂ ਨੂੰ ਵੀ ਬਖਸ਼ਿਆ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਚਾਇਆ ਗੁਰ ਨਾਨਕ ਦੇਵ ਜੀ ਨੇ ਵੀ ਬਖਸ਼ਿਆ ਤੇ ਮੈਂ ਕੀ ਆ ਮੈਂ ਤਾਂ ਇੱਕ ਮੂਲੀ ਜਿਹਾ ਮੂਮਾਨ ਬੰਦਾ ਛੋੜਾ ਜਿਹਾ ਉਹਨਾਂ ਦਾ ਸੇਵਕ ਆ ਜਿਹੜਾ ਇਹਨਾਂ ਨਾਂ ਕਰਾ ਚੁੱਕਾ ਵਾਂ ਤੇ ਪ੍ਰਮਾਤਮਾ ਨੇ ਨਾਂ ਦੇਣਾ ਲੋਕਾਂ ਨੇ ਸੜਦੇ ਰਹਿਣਾ ਤੇ ਸੜਦੇ ਰਹਿਣਾ ਵਾ ਨੂੰ ਨਾ ਕਮੈਂਟਾਂ ਦੇ ਵਿੱਚ ਕਈ ਲੋਕੇ ਵੀ ਕਹਿੰਦੇ ਨੇ ਕਿ ਨੀਟੂ ਛਟਰਾ ਵਾਲਾ ਟੂ ਆ ਇਹ ਗੱਪ ਮਾਰਦਾ ਵਿੜੇ ਉਹ ਆਪਾਂ ਲੋਕਾਂ ਦਾ ਮੂੰਹ ਨਹੀਂ ਫੜ ਸਕਦੇ ਉਹ ساری ਜ਼ਿੰਦਗੀ ਨਹੀਂ ਫੜ ਸਕਦਾ ਉਹ ਕਹਿੰਦੇ ਸਾਡੇ ਗੁਰੂਆਂ ਨੇ ਵੀ ਬਖਸ਼ਿਆ ਜੀ ਸਾਡੇ ਗੁਰੂ ਆ ਉਹਨਾਂ ਨੂੰ ਵੀ ਬਖਸ਼ਿਆ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਚਾਇਆ ਗੁਰ ਨਾਨਕ ਦੇਵ ਜੀ ਨੇ ਵੀ ਬਖਸ਼ਿਆ ਤੇ ਮੈਂ ਕੀ ਆ ਮੈਂ ਤਾਂ ਇੱਕ ਮੂਲੀ ਜਿਹਾ ਮੂਮਾਨ ਬੰਦਾ ਛੋੜਾ ਜਿਹਾ ਉਹਨਾਂ ਦਾ ਸੇਵਕ ਆ ਜਿਹੜਾ ਇਹਨਾਂ ਨਾਂ ਕਰਾ ਚੁੱਕਾ ਵਾਂ ਤੇ ਪ੍ਰਮਾਤਮਾ ਨੇ ਨਾਂ ਦੇਣਾ ਲੋਕਾਂ ਨੇ ਸੜਦੇ ਰਹਿਣਾ ਤੇ ਸੜਦੇ ਰਹਿਣਾ ਵਾ ਨੂੰ ਨਾ ਕਮੈਂਟਾਂ ਦੇ ਵਿੱਚ ਕਈ ਲੋਕੇ ਵੀ ਇਹ ਕਹਿੰਦੇ ਨੇ ਕਿ ਨੀਟੂ ਛਟਰਾ ਵਾਲਾ ਟੂ ਆ ਇਹ ਗੱਪ ਮਾਰਦਾ ਵਿੜੇ ਉਹ ਆਪਾਂ ਲੋਕਾਂ ਦਾ ਮੂੰਹ ਨਹੀਂ ਫੜ ਸਕਦੇ ਉਹ ساری ਜ਼ਿੰਦਗੀ ਨਹੀਂ ਫੜ ਸਕਦਾ ਉਹ ਕਹਿੰਦੇ ਸਾਡੇ ਗੁਰੂਆਂ ਨੇ ਵੀ ਬਖਸ਼ਿਆ ਜੀ ਸਾਡੇ ਗੁਰੂ ਆ ਉਹਨਾਂ ਨੂੰ ਵੀ ਬਖਸ਼ਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਬਚਾਇਆ ਗੁਰਨਾਨਕ ਦੇਵ ਨੂੰ ਵੀ ਬਖਸ਼ਿਆ ਤੇ ਮੈਂ ਕੀ ਆ ਮੈਂ ਤਾਂ ਇੱਕ ਮੂਲੀ ਜਿਹਾ ਮੂਮਾਨ ਬੰਦਾ ਛੋੜਾ ਜਿਹਾ ਉਹਨਾਂ ਦਾ ਸੇਵਕ ਆ ਜਿਹੜਾ ਇਹਨਾਂ ਨਾਂ ਕਰਾ ਚੁੱਕਾ ਵਾਂ ਤੇ ਪ੍ਰਮਾਤਮਾ ਨੇ ਨਾਂ ਦੇਣਾ ਲੋਕਾਂ ਨੇ ਸੜਦੇ ਰਹਿਣਾ ਤੇ ਸੜਦੇ ਰਹਿਣਾ ਵਾ ਨੂੰ ਨਾ ਕਮੈਂਟਾਂ ਦੇ ਵਿੱਚ ਕਈ ਲੋਕੇ ਵੀ ਕਹਿੰਦੇ ਨੇ ਕਿ ਨੀਟੂ ਛਟਰਾ ਵਾਲਾ ਟੂ ਆ ਇਹ ਕੱਪ ਮਾਰਦਾ ਬੇੜੇ ਉਹ ਆਪਾਂ ਲੋਕਾਂ ਦਾ ਮੂੰਹ ਨਹੀਂ ਫੜ ਸਕਦੇ ਉਹ ਸਾਰੀ ਜ਼ਿੰਦਗੀ ਨਹੀਂ ਮੈਂ ਫੜ ਸਕਦਾ ਉਹ ਕਹਿੰਦੇ ਸਾਡੇ ਗੁਰੂਆਂ ਨੇ ਹੀ ਬਖਸ਼ਿਆ ਜੀ ਸਾਡੇ ਗੁਰੂ ਆ ਉਹਨਾਂ ਨੂੰ ਵੀ ਬਖਸ਼ਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਬਚਾਇਆ ਗੁਰਨਾਨਕ ਦੇਵ ਨੂੰ ਵੀ ਬਖਸ਼ਿਆ ਤੇ ਮੈਂ ਕੀ ਆ ਮੈਂ ਤਾਂ ਇੱਕ ਮੂਲੀ ਜਿਹਾ ਮਮਾਨ ਬੰਦਾ ਛੋੜਾ ਜਿਹਾ ਉਹਨਾਂ ਦਾ ਸੇਵਕ ਆ ਜਿਹੜਾ ਇਹਨਾਂ ਨਾਂ ਕਰਾ ਚੁੱਕਾ ਵਾਂ ਤੇ ਪ੍ਰਮਾਤਮਾ ਨੇ ਨਾਂ ਦੇਣਾ ਲੋਕਾਂ ਨੇ ਸੜਦੇ ਰਹਿਣਾ ਤੇ ਸੜਦੇ ਰਹਿਣਾ ਵਾ